ਸਾਬਕਾ ਮੰਤਰੀ ਆ ਵਿਧਾਇਕਾਂ ਦੇ ਬਾਅਦ ਹੁਣ ਵਾਰੀ ਸਾਬਕਾ ਮੁੱਖ ਮੰਤਰੀ ਦੀ ਆਈ ਹੈ। ਸਾਬਕਾ ਸੀਐਮ ਚਰਨਜੀਤ ਚੰਨੀ ਤੇ ਵਿਜੀਲੈਂਸ ਨੇ ਸ਼ਿਕੰਜਾ ਕਸਿਆ। ਵਿਜੀਲੈਂਸ ਨੇ ਮੋਹਾਲੀ ਹੈੱਡਕੁਆਟਰ ਪੇਸ਼ ਹੋਣ ਦੇ ਲਈ ਸਮਨ ਕੀਤੇ ਨੇ। ਬੁੱਧਵਾਰ 12 ਅਪ੍ਰੈਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਚੰਨੀ ਕਰੀਬ 3 ਮਹੀਨੇ ਤੱਕ ਪੰਜਾਬ ਦੇ ਸੀਐਮ ਰਹੇ ਸਨ। ਸਾਲ 2022 ਵਿਧਾਨ ਸਭਾ ਚੋਣਾਂ ਲਈ ਚਰਨਜੀਤ ਚੰਨੀ ਨੂੰ ਸੀਐਮ ਦਾ ਚਿਹਰਾ ਵੀ ਬਣਾਇਆ ਗਿਆ, ਪਰ ਚਰਨਜੀਤ ਚੰਨੀ ਚਮਕੌਰ ਸਾਹਿਬ ਤੇ ਪਦੌੜ ਸਾਹਿਬ ਤੋਂ ਚੋਣ ਲੜੇ ਤੇ ਹਾਰ ਗਏ ਸਨ। ਚਰਨਜੀਤ ਚੰਨੀ ਦੇ ਨਾਲ ਕਈ ਵਿਵਾਦ ਵੀ ਜੁੜੇ ਨੇ। ਚੰਨੀ ਦੇ ਭਾਂਜੇ ਭਵਿੰਦਰ ਹਣੀ ਦੀ ਗ੍ਰਿਫਤਾਰੀ ਹੋਈ ਸੀ। ਚੰਨੀ ਦੇ ਭਾਂਜੇ ਹਣੀ ਨੂੰ ਚੰਨੀ ਸਰਕਾਰ ਵੇਲੇ ਮਨੀ ਲਾਂਡਰਿੰਗ ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਨਵਾਂ ਸ਼ਹਿਰ 'ਚ ਇੱਕ ਵੱਖਰੀ FIR ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਸਾਬਕਾ ਸੀਐਮ ਚਰਨਜੀਤ ਚੰਨੀ ਪਹਿਲਾਂ ਵੀ ਵਿਜੀਲੈਂਸ ਦੇ ਰਡਾਰ ਤੇ ਆਏ ਸਨ। ਚਮਕੌਰ ਸਾਹਿਬ ਥੀਮ ਪਾਰਕ ਦਾ ਮਸਲਾ ਸੀ। ਸਾਬਕਾ ਸੀਐਮ ਦੇ ਖਿਲਾਫ ਵਿਜੀਲੈਂਸ ਨੇ ਜਾਂਚ ਖੋਲੀ ਸੀ। ਮਸਲਾ ਉਦਘਾਟਨੀ ਸਮਾਗਮ ਦੇ ਦੌਰਾਨ ਖਰਚੇ ਨੂੰ ਲੈ ਕੇ ਹੋਏ ਕਪਲੇ ਦਾ ਸੀ। ਚਮਕੌਰ ਸਾਹਿਬ 'ਚ ਥੀਮ ਪਾਰਕ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਖਰਚੇ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਦੀ ਸ਼ਿਕਾਇਤ ਰਾਜਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਵਿਜੀਲੈਂਸ ਨੂੰ ਕੀਤੀ ਸੀ। ਸ਼ਿਕਾਇਤ 'ਚ ਟੂਰਿਜ਼ਮ ਮਹਿਕਮੇ ਦੇ ਅਫਸਰ ਵੀ ਰਡਾਰ ਤੇ ਸਨ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਦਘਾਟਨ ਕੀਤਾ ਸੀ। ਇਸ ਲਈ ਸਾਬਕਾ ਸੀਐਮ ਚਰਨਜੀਤ ਚੰਨੀ ਵੀ ਵਿਜੀਲੈਂਸ ਦੇ ਰਡਾਰ ਤੇ ਸਨ।